जोगे न
ਸਿਫਤ ਸਲਾਹ ਜੀ ਨੇ ਉਹਦੀਆਂ ਸਿਫਤਾਂ ਨੇ ਮੈਂ ਕਿਹਦੇ ਨਾਲ ਜੁੜਨ ਲਈ ਆਖ ਰਿਹਾ ਜੈਦੇਵ ਕਹਿੰਦਾ ਜਿਹੜਾ ਪਰਮਾਦ ਹੈ ਪਰਮਾਦ ਪੁਰਖ ਮਨੋਪਮਨ ਜਿਹੜਾ ਮਹਾਨ ਹੈ ਤੇ ਆਦ ਹੈ ਜਿਹਦੇ ਤੋਂ ਪਹਿਲਾਂ ਹੋਰ ਕੋਈ ਨਹੀਂ ਉਹਦੇ ਵਰਗੀ ਵਡਿਆਈ ਮੈਂ ਕਿਸੇ ਕੋਲ ਨਹੀਂ ਸਭ ਤੋਂ ਵੱਡਾ ਹੈ ਸੱਤ ਆਦਿ ਬਹਾਵਰ ਜਿੱਥੇ ਸੱਤ ਆਦਿ ਭਾਵਨਾਵਾਂ ਨੇ ਸੱਤ ਸੰਤੋਖ ਦਇਆ ਧਰਮ ਹੈ ਉੱਥੇ ਹੀ ਉਹ ਰਹਿੰਦਾ ਹੈ ਉਹਦੇ ਵਿੱਚ ਅਤਿਆ ਹੈ ਪ੍ਰਕਿਰਤ ਪਰਮ ਪ੍ਰਕਿਰਤੀ ਨੂੰ ਰਚਣ ਵਾਲਾ ਹੈ ਪਰ ਪਰਮ ਹੈ ਪਰੇ ਹੈ ਜਦ ਚਿੰਤ ਸਰਬਗਤ ਪਰਮਾਤਮ ਹੁੰਦੇ ਹੈ ਬੜਾ ਸਟੋਰੇਜ ਹੈ ਉਹਦਾ ਇੱਕ ਇੱਕ ਨਜ਼ਾਰਾ ਦੇਖ ਕੇ ਮਨੁੱਖ ਹੈਰਾਨ ਹੋ ਜਾਂਦਾ ਹੈ ਫੁੱਲਾਂ ਚ ਰੰਗ ਕੌਣ ਪਿਆ ਵਰਦਾ ਹੈ ਪਰਮਾਤਮ ਹੁੰਦੇ ਅਦਭੁਤ ਕਹਿੰਦੇ ਨੇ ਅਸਚਰਜ ਨੂੰ ਚਿੰਤ ਸਰਬਗਤ ਜਿਸਦੇ ਚਿੰਤਨ ਨਾਲ ਸਾਰੀਆਂ ਸਫਲਤਾ ਮਾਣਦੇ ਹਰ ਥਾਂ ਦਾ ਉਹ ਮਾਲਕ ਹੈ ਹਰ ਥਾਂ ਤੇ ਉਹਦੀ ਪਹੁੰਚ ਮੇਰੇ ਉੱਤਮ ਮੈਂ ਇਸ
ਵਿਸਥਾਰ ਵਿੱਚ ਨਾ ਜਾਣਾ, ਸ਼ਬਦ ਦੇ ਵਿਸਥਾਰ ਵਿੱਚ ਭਾਵਨਾਵਾਂ 'ਤੇ ਪਹੁੰਚਣਾ ਚਾਹੁੰਦਾ। ਜੇ ਤੂੰ ਆਪਣਾ ਭੈ ਜਨਮ ਮਰਨ ਦਾ ਦੁੱਖਾਂ ਦਾ ਮਿਟਾਉਣਾ ਚਾਹੁੰਦਾ ਹੈ, ਨਾ ਡਰੋ। ਜੇ ਤੂੰ ਮਿਟਾਉਣਾ ਚਾਹੁੰਦਾ ਤਾਂ ਵਿਸ਼ਵਾਸ ਕਰ, ਨਾ ਡਰੋ। ਤਾਂ ਦਸ ਮਰਨੇ ਜਨਮ ਜਰਾ ਤੇ ਮਰਨ ਭਾਇਆ ਨੂੰ ਮਿਟਾਉਣਾ ਚਾਹੁੰਦਾ। ਜਨਮ ਮਰਨ ਜਰਾ ਦੇ ਭਾਵ ਬੁਢੇਪਾ ਜਰਾ, ਇਹ ਸਾਰੇ ਦੁੱਖ ਹੀ ਨੇ, ਇਹਨਾਂ ਤਾਂ ਭੈ ਹੀ ਮਨੁੱਖ ਦੇ ਸਿਰ। ਜੇ ਤੂੰ ਇਹ ਮਿਟਾਉਣਾ ਚਾਹੁੰਦਾ, ਜੇ ਸੁੱਖਾਂ ਦੀ ਇੱਛਾ ਰੱਖਣਾ, ਜੇ ਸਮਝਣਾ ਜਾਂ ਮੌਤ ਮੇਰੇ ਸਾਹਮਣੇ ਮੇਰੇ ਡਰ ਭੈ ਲੈ ਕੇ ਨਾ ਆਵੇ, ਤਾਂ ਸੁਕਿਰਤ ਕਰ ਚੰਗੇ ਕਰਮਾਂ ਦਾ ਸੰਖੇਪ ਚੱਲ ਜਾਣਾ, ਤਾਂ ਚੰਗੇ ਕਰਮ ਵੱਲ ਲੱਗ ਦੋ, ਕਰਮ ਛੱਡ ਦੇ, ਦੁਰਮਤੀ ਛੱਡ ਦੇ। ਉਹ ਪ੍ਰਭੂ ਸਰਵ ਵਿਆਪਕ ਹੈ, ਹਮੇਸ਼ਾ ਖੜਿਆ ਹੋਇਆ ਹੈ, ਹਮੇਸ਼ਾ ਖੁਸ਼ੀ ਹੈ। ਜੇ ਉਹਦੀ ਖੁਸ਼ੀ ਨਾਲ ਸਮਿਲਿਤ ਹੋਣਾ ਚਾਹੁੰਦਾ, ਸੰਬੰਧ ਬਣਾਉਣਾ ਚਾਹੁੰਦਾ, ਤਾਂ ਤੈਨੂੰ ਦੁਖੀਰਤ ਭੈੜੇ ਕਰਮ ਅਚਰਨਹੀਨ ਕਰਮ ਛੱਡਣੇ ਪੈਣਗੇ। ਹੁਣ ਮੈਂ ਉੱਥੇ ਆਉਣਾ ਚਾਹੁੰਦਾ, ਜਿਵੇਂ ਪਹਿਲੇ ਰਾਹੋ ਦੀ ਤੁਕ ਵਿੱਚ ਆਖਿਆ ਨੇ ਨਾ, ਕੇਵਲ ਰਾਮ ਨਾਮ ਮਡੋਰ ਮਨ। ਇੱਥੇ ਵੀ ਕਹਿੰਦੇ ਨੇ ਭਗਤ ਜਿਹੜਾ ਹੈ ਉਹ ਕੇਵਲ ਰਾਮ ਨਾਲ, ਰਾਮ ਨਾਮ ਨਾਲ ਜੁੜਦਾ ਹੈ। ਹਰ ਭਗਤ ਨਿਜ ਨੇ ਕੇਵਲ ਵਿਸ਼ਵਾਸ ਕੀ ਹੈ, ਉਹ ਰਿਦ ਕਰਮ ਨਾ ਬਚ ਸਕ, ਭਾਵ ਮਨ ਬਚ ਕਰਮ ਕਰਕੇ ਕੇਵਲ ਪ੍ਰਭੂ ਨਾਲ ਜੁੜਦਾ ਹੈ। ਉਹ ਦੁਨੀਆਂ ਦੇ ਕਰਮ ਕਾਂਡ ਨੂੰ ਪਸੰਦ ਨਹੀਂ ਕਰਦਾ, ਇੱਥੇ ਰੁਕਣਾ ਚਾਹੁੰਦਾ। ਜੈ ਦੇਵ ਜੀ ਦਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਵੇਂ ਆਇਆ, ਜਿਹੜੀ ਮੈਂ ਆਰੰਭ ਵਿੱਚ ਗੱਲ ਸ਼ੁਰੂ ਕੀਤੀ। ਬ੍ਰਾਹਮਣ ਬ੍ਰਾਹਮਣ ਦਾ ਇੱਕ ਰੱਬ ਹੁੰਦਾ ਨਹੀਂ, ਉਹ 33 ਕਰੋੜ ਦੇਵਤੇ ਦਾ ਉਪਾਸ਼ਕ ਹੈ। ਪਰ ਇਸ ਬ੍ਰਾਹਮਣ ਜੈਦੇਵ ਨੂੰ ਇੰਨਾ ਸਨਮਾਨ ਪਿਆਰ ਸਨੇਹ ਕਿਵੇਂ ਮਿਲਿਆ, ਗੁਰੂ ਨਾਨਕ ਕੋਲੋਂ ਮਿਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਸ਼ਬਦ ਹੈ ਜੈਦੇਵ ਬ੍ਰਾਹਮਣ ਦਾ, ਕਿਹੜੀ ਅਜੀਬ ਗੱਲ ਹੈ, ਸਨੇਹ ਦਾ ਨਿਸ਼ਾਨੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਇੱਕੋ ਹੀ ਸ਼ਬਦ ਹੈ ਜਿਹੜਾ ਇਹਦੇ ਜਵਾਬ ਵਿੱਚ ਹੈ, ਇਹਦੇ ਨਾਲ ਸੰਬੰਧਿਤ ਹੈ। ਔਰ ਉਹ ਵੀ ਗੁਜਰੀ ਰਾਗ ਵਿੱਚ ਹੈ, ਇਹ ਵੀ ਗੁਜਰੀ ਰਾਗ ਵਿੱਚ ਹੈ, ਉਹ ਵੀ ਘਰ ਚੌਥਾ ਹੈ, ਇਹ ਵੀ ਘਰ ਚੌਥਾ ਹੈ। ਅਜੀਬ ਗੱਲ ਹੈ, ਗੁਜਰੀ ਰਾਗ ਵਿੱਚ ਹੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ, ਉਹ ਵੀ ਘਰ ਚੌਥਾ ਹੈ, ਇਹ ਵੀ ਕਰ ਸਕਦਾ ਹੈ। ਉਹ ਮਹੱਲਾ ਪਹਿਲਾ ਬਕਾਇਦਾ ਗੁਜਰੀ ਮਹੱਲਾ ਪਹਿਲਾ, ਔਰ ਇਹ ਸ਼ਬਦ ਜਿਹੜਾ ਹੈ ਹਾਨੀ ਭਗਤ ਜੈਦੇਵ ਜੀ ਕੀ ਦੋਵਾਂ ਦਾ ਪ੍ਰਕਰਨ ਕਦੀ ਆਹਮੋ ਸਾਹਮਣੇ ਰੱਖ ਕੇ ਮੇਲ ਕੇ ਪੜ੍ਹ ਲਓ, ਪਤਾ ਲੱਗਦਾ ਹੈ ਵੀ ਜਿਵੇਂ ਦੋਵਾਂ ਦੇ ਵਿੱਚ ਕੋਈ ਸਮਤਾ, ਕੋਈ ਵਿਚਾਰਧਾਰਕ ਏਕਤਾ ਸੀ, ਤਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਿਆ ਰਹੋ। ਮੈਂ ਇੱਥੇ ਵਿਚਾਰਧਾਰਕ ਏਕਤਾ ਹੋਈ ਤਾਂ ਜੈਦੇਵ ਬ੍ਰਾਹਮਣ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਨਮਾਨ ਸਤਿਕਾਰ ਮਿਲਿਆ। ਹੁਣ ਦੇਖਣਾ ਕਿ ਫਰਕ ਕੀ ਹੈ, ਉਹ ਏਕਤਾ ਕੀ। ਹੁਣ ਅਗਲੀ ਲਾਈਨ ਪੜ੍ਹੋ, ਮਨ ਬਚ ਕਰਮ ਕਰਕੇ ਇੱਕ ਪ੍ਰਭੂ ਨਾਲ ਜੁੜਨਾ ਭਗਤ ਜੈਦੇਵ ਆਖ ਰਿਹਾ, ਬ੍ਰਾਹਮਣ ਜੈਦੇਵ ਆਖ ਰਿਹਾ। ਹੁਣ ਹਾਲਾਂਕਿ ਜੈਦੇਵ ਦੀ ਹੋਰ ਰਚਨਾ ਦਾ ਬੜਾ ਵੱਡਾ ਗ੍ਰੰਥ ਹੈ, ਉਹ ਨਹੀਂ ਵਿਚ ਲਿਆ। ਉਸ ਗ੍ਰੰਥ ਦਾ ਨਾਮ ਗੀਤ ਗੋਬਿੰਦ ਹੈ,
ਕਵੀ ਗੀਤ ਗੋਬਿੰਦ ਨਾਮ ਦਾ ਇੱਕ ਗ੍ਰੰਥ ਜੈਦੇਵ ਜੀ ਦਾ ਸਾਰਾ। ਪਰ ਇਸ ਸ਼ਬਦ ਨੂੰ ਇਸ ਥਾਂ ਇੰਨਾ ਸਨਮਾਨ ਕਿ ਗੁਰੂ ਨਾਨਕ ਬਰਾਬਰ ਬੈਠ ਕੇ ਉਹਨੂੰ ਬਰਾਬਰ ਬਿਠਾ ਕੇ ਆਹਮੋ ਸਾਹਮਣੇ ਵਿਚਾਰ ਕਰ ਰਹੇ ਔਰ ਬਿਲਕੁਲ ਦੋਹਾਂ ਸ਼ਬਦਾਂ ਦੇ ਵਿਚਾਰ ਮਿਲਦੇ ਨੇ ਪੜ੍ਹ ਕੇ ਕਿਉਂ। ਹੁਣ ਜ਼ਰਾ ਇਸ ਤੋਂ ਨੂੰ ਫਿਰ ਦੁਬਾਰਾ ਸ਼ੁਰੂ ਕਰ ਰਹੇ ਹਾਂ। ਵਿਚਾਰ ਕੀ ਨੇ ਵਿਚਾਰਧਾਰਕ ਬ੍ਰਾਹਮਣ ਕਰਕੇ ਨਹੀਂ ਜੇ ਬ੍ਰਾਹਮਣ ਨਾਲ ਵਿਰੋਧ ਹੁੰਦਾ ਤਾਂ ਫਿਰ ਇਹ ਵੀ ਤਾਂ ਬ੍ਰਾਹਮਣ ਸੀ ਬਲਕਿ ਗੁਰਬਾਣੀ ਅੰਦਰ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਕਰੇ। ਸੋ ਇਹ ਬ੍ਰਾਹਮਣ ਤੋੜੇ ਬੰਧਨ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਨ ਜੁਗਤ ਤੇ ਜਿਹੜਾ ਆਪ ਵੀ ਬੰਧਨ ਵਿੱਚ ਪਿਆ ਹੋਵੇ ਤੇ ਹਰ ਇੱਕ ਨੂੰ ਬੰਧਨ ਵਿੱਚ ਹੀ ਪਾ ਰਿਹਾ ਹੋਵੇ ਆਪਣਾ ਗੁਲਾਮ ਕਰਕੇ ਰੱਖ ਰਿਹਾ ਹੋਵੇ ਪੂਜਨ ਜੋਗ ਕਿਵੇਂ ਹੋਇਆ। ਜੈਦੇਵ ਜੀ ਤਾਂ ਬ੍ਰਾਹਮਣ ਹੈ ਪਰ ਇਹ ਖਿਆਲ ਦੇਖਣੇ ਨੇ ਗੁਰਮਤਿ ਨਾਲ ਕਿੱਡੇ ਮਿਲਦੇ ਨੇ। ਚਾਰ ਚੀਜ਼ਾਂ ਚਾਰ ਧਰਮ ਦੇ ਕਰਮਾਂ ਦਾ ਜ਼ਿਕਰ ਹੈ ਇੱਕ ਲਿਸਟ ਹੈ ਔਰ ਤੁਸੀਂ ਅਜੀਬ ਗੱਲ ਦੇਖੋਗੇ ਇਹ ਚਾਰੋਂ ਕਰਮ ਜਿਹੜੇ ਨੇ ਉਹ ਬ੍ਰਹਮਣ ਪ੍ਰਬੰਧ ਕਰ ਰਹੇ ਬ੍ਰਹਮਣਿਜ਼ਮ ਪ੍ਰਬੰਧ ਕਰ ਰਹੇ ਨੇ। ਉਹ ਕਹਿੰਦੇ ਨੇ ਵੀ ਜੈਦੇਵ ਦੇ ਮਨ ਦਾ ਵਿਚਾਰ ਕਿੱਡਾ ਮਹਾਨ ਹੈ। ਉਹ ਕਹਿੰਦਾ ਜਿਹੜਾ ਭਗਤ ਹੈ ਉਹ ਤਾਂ ਕੇਵਲ ਪ੍ਰਭੂ ਨਾਲ ਉਹਦੀ ਬੰਦਗੀ ਨਾਲ ਜੁੜਦਾ ਹੈ ਮਨ ਬਚ ਕਰਨ ਕਰਕੇ ਤੇ ਉਹ ਸਮਝਦਾ ਹੈ ਜੋਗੇਨ ਕੀ ਹੈ ਜੋਗ ਮਰਤ ਜੋਗੀ ਬਣ ਜਾਣਾ ਕੋਈ ਵੱਡੀ ਗੱਲ ਨਹੀਂ ਜੋਗੇਨ ਕੀ ਯੱਗ ਕਰਾ ਲੈਣੇ ਵੱਡੇ ਵੱਡੇ ਦਸਮੇਧ ਜੱਗ ਹੈ ਜੀ ਗੁਬੇਧ ਜੱਗ ਹੈ ਜੀ ਹਮਨ ਜੱਗ ਹੈ ਜੀ ਜਿਹੜਾ ਬ੍ਰਾਹਮਣ ਕਰਾਉਂਦਾ ਤੇ ਇਹ ਬ੍ਰਾਹਮਣ ਕੀ ਕਹਿ ਰਿਹਾ ਕਹਿੰਦਾ ਜੋਗੇਨ ਕੀ ਜਗੇਨ ਕੀ ਯੱਗ ਕਰਾ ਲੈਣੇ ਕਿਹੜੀ ਵੱਡੀ ਗੱਲ ਹੈ ਕਿਉਂਕਿ ਸ਼ਬਦਾਵਲੀ ਦੀ ਵੀ ਸਮਝ ਆ ਹੁੰਦੇ ਇੱਕ ਲਫ਼ਜ਼ ਆਇਆ ਸੀ ਬਦ ਉਹਨੂੰ ਮੈਂ ਲਫ਼ਜ਼ ਕਹਿੰਦੇ ਦੱਸਦੇ ਆ ਉੱਥੇ ਬਦ ਦਾ ਅਰਥ ਹੈ ਬੋਲਣਾ ਕਹਿਣਾ ਪ੍ਰਭੂ ਜੋ ਬੋਲਦਾ ਹੈ ਜੋ ਮਾਲਕ ਬੋਲਦਾ ਹੈ ਜੋ ਉਹਦੀ ਆਵਾਜ਼ ਹੈ ਜੋ ਉਹਦੀ ਬਾਣੀ ਹੈ ਉਹਦੇ ਵਿੱਚ ਅੰਮ੍ਰਿਤ ਹੈ ਬਦ ਅੰਮ੍ਰਿਤ ਆਤਮਾਯਮ ਕਿਉਂਕਿ ਬਦ ਲਫ਼ਜ਼ ਦਾ ਅਰਥ ਜਿਹੜਾ ਹੈ ਬੋਲਣਾ ਕਹਿਣਾ ਇਹ ਗੁਰਬਾਣੀ ਵਿੱਚ ਹੋਰ ਥਾਂ ਤੇ ਹੈ ਤਰਲੋਚਨ ਜੀ ਦਾ ਸ਼ਬਦ ਦੇਖ ਲਓ ਉਹਦੇ ਵਿੱਚ ਵੀ ਲਫ਼ਜ਼ ਬਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਉੱਥੇ ਵੀ ਬਦ ਬਦ ਤਰਲੋਚਨ ਤਰਲੋਚਨ ਕਹਿੰਦਾ ਹੈ ਬਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੇ ਵਸੇ ਤਰਲੋਚਨ ਆਖ ਰਿਹਾ ਹੈ ਇੱਥੇ ਵੀ ਬਦ ਅੰਮ੍ਰਿਤ ਆਤਮਾਯਨ ਕਹਿੰਦੇ ਨੇ ਕੀ ਵਿਸ਼ਵਾਸ ਹੈ ਜੈਦੇਵ ਦਾ। ਉਹ ਕਹਿੰਦਾ ਯੋਗ ਕੀ ਹੈ ਜੇ ਕੋਈ ਯੋਗੀ ਬਣ ਗਿਆ ਯੋਗ ਕਮਾ ਲਿਆ ਸਮਾਧੀਆਂ ਲਾ ਲਈਆਂ ਜੰਗਲਾਂ ਵਿੱਚ ਧੋਈਆਂ ਉਹਦਾ ਕੀ ਫਾਇਦਾ ਯੋਗੇ ਨੇ ਕਹੇ
ਜਗੇ ਨਹੀਂ ਕਹਿੰਦੇ। ਜੇ ਕਿਸੇ ਨੇ ਬਹੁਤ ਸਾਰੇ ਯੱਗ ਕਰਾ ਲਏ ਤੇ ਕੀ ਹੋਇਆ? ਕੁਝ ਵੀ ਨਹੀਂ, ਜਗੇ ਨਹੀਂ ਕਹਿੰਦੇ। ਜੇ ਬਹੁਤ ਸਾਰਾ ਦਾਨ ਕਰ ਲਿਆ, ਤੀਰਥਾਂ ਤੇ ਗਿਆ, ਬਹੁਤ ਸਾਰਾ ਦਾਨ ਕੀਤਾ, ਆਸ ਦਾਨ, ਗਜ ਦਾਨ, ਸੇਜਾ ਨਾਰੀ, ਬਹੁਤ ਦਾਨ, ਐਸੋ ਦਾਨ, ਨਿਤ ਨਿਤਾ ਕਹੀ ਗਿਆ ਰਾਮ ਨਾਮ ਸਰ, ਤਾਂ ਉਹ ਨਾ ਪੁੱਜਿਆ। ਕਿਹੜਾ ਸਪਸ਼ਟ ਫੈਸਲਾ ਸੀ? ਕਹਿੰਦੇ ਵੀ ਘੋੜੇ ਦਾਨ ਕਰ ਲੈ, ਹਾਥੀ ਦਾਨ ਕਰ ਲੈ, ਆਪਣੀਆਂ ਇਸਤਰੀਆਂ ਸਜਾ ਕੇ ਉੱਥੇ ਪੁਰਾਣੀ ਸਮੇਂ ਅੰਦਰ ਐਸੇ ਦਾਨ ਵੀ ਬ੍ਰਾਹਮਣ ਮੰਗਦਾ ਸੀ। ਪਰ ਭੋਲੇ ਭਾਲੇ ਲੋਕ, ਕਰਮ ਕਾਂਡੀ ਲੋਕ ਜਿਹੜੇ ਨੇ, ਉਹਦੇ ਮਗਰ ਲੱਗ ਕੇ ਉਹ ਜੇ ਦਾਨ ਕਰਦੇ ਸਨ, ਉਸ ਵਿੱਚ ਆਪਣਾ ਧਰਮ ਕਰਮ ਸਮਝਦੇ ਸਨ। ਪਰ ਜੈਦੇਵ ਕਿੱਦਾਂ ਸਪਸ਼ਟ ਹੈ, ਕਹਿੰਦਾ ਨਹੀਂ, ਦਾਨ ਕਰਨਾ ਵੀ ਕੁਝ ਨਹੀਂ। ਹੁਣ ਗੁਰਬਾਣੀ ਦੇ ਜਦੋਂ ਮੁਕਾਬਲਤਨ ਦੇਖਣਾ, ਦੇਖਣਾ ਗੁਰਬਾਣੀ ਨਾਲ ਜੈਦੇਵ ਸਮਿਲਿਤ ਹੋ ਕੇ ਕਿਵੇਂ ਬੈਠਾ, ਕਿਉਂਕਿ ਵਿਚਾਰਧਾਰਾ ਮਿਲਦੀ ਹੈ। ਸਨ ਨਾ ਤੂੰ ਆਵੇਂ ਬਸ ਗੁਰਬਾਣੀ ਬਹੁਤ ਖਿਨਾਵਣੇ, ਨਾ ਤੂੰ ਆਵੇਂ ਬਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਬਸ ਤੀਰਥ ਨਹਾਈਏ, ਨਾ ਤੂੰ ਆਵੇਂ ਬਸ ਧਰਤੀ ਧਾਈਏ, ਨਾ ਤੂੰ ਆਵੇਂ ਬਸ ਕਿਤੇ ਸਿਆਣ ਪੈ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ ਉੱਥੇ ਵੀ ਲਫ਼ਜ਼ ਨੇ। ਇੱਥੇ ਵੀ ਤੀਜਾ ਲਫ਼ਜ਼ ਦਾਨ ਦਾ, ਜੋਗੇਨ ਕਿੰਗ, ਜਗੇਨ ਕਿੰਗ, ਦਨੇਨ ਕਿੰਗ, ਤਪਸਾ। ਹੁਣ ਚੌਥਾ ਲਫ਼ਜ਼ ਤਪਸਾ, ਤਪਸਾ ਬਹੁਤਾ ਦਾਨ ਕਰਨਾ, ਪੁੱਠਾ ਲਟਕ ਕੇ ਸਿੱਧਾ ਸਮਾਧੀਆਂ ਲਾ ਕੇ ਤਪ ਕਰਨਾ, ਇਹ ਕੀ ਹੈ? ਕੁਝ ਵੀ ਨਹੀਂ। ਰੋਕੋ, ਇੱਥੇ ਰੋਕਣਾ ਚਾਹੀਦਾ। ਇਹ ਚਾਰੋ ਚੀਜ਼ਾਂ ਇਹਦੇ ਉੱਤੋਂ ਗੁਰਮੁਖ ਵਿੱਚ ਪ੍ਰਬੰਧ ਨਹੀਂ। ਤੇ ਇਸ ਵਿਚਾਰਧਾਰਾ ਦਾ ਜਿਹੜਾ ਸ਼ਬਦ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਸਥਾਨ ਰੱਖਦਾ, ਭਾਵੇਂ ਜੈਦੇਵ ਬ੍ਰਾਹਮਣ ਦਾ ਹੋਵੇ। ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਭਾਵੇਂ ਉਹ ਸ਼ਬਦ ਦੇ ਜੈਦੇਵ ਬ੍ਰਾਹਮਣ ਦਾ ਹੋਵੇ, ਜਿਹੜਾ ਇਸ ਵਿਚਾਰਧਾਰਾ ਦਾ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਨਮਾਨ ਹੈ। ਹੁਣ ਰੋਕੋ, ਚਿੱਤਰ ਨਾਟਕ ਦੀ ਕਿਸੇ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਨਮਾਨ ਕਿਉਂ ਨਹੀਂ ਮਿਲਿਆ? ਇਹਦਾ ਜਵਾਬ ਹੈ, ਉਹਦੀ ਕਿਸੇ ਵੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਗੁਰੂ ਨੇ ਆਪ ਨਹੀਂ ਦਿੱਤੀ। ਸਵਾਲ ਖੜਾ, ਕਿਉਂ ਨਹੀਂ ਦਿੱਤੀ? ਕਿਉਂ ਨਹੀਂ ਦਿੱਤੀ? ਲੋ, ਐਸੇ ਗੱਲ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਇੱਕੋ ਰਹਿ ਗਈ ਕਿ ਜੈਦੇਵ ਬ੍ਰਾਹਮਣ ਹੁੰਦਿਆਂ ਹੋਇਆ ਇਹ ਚੀਜ਼ਾਂ ਨੂੰ ਕੰਡੈਮ ਕਰ ਰਿਹਾ। ਕਹਿੰਦਾ ਨਹੀਂ, ਜੋਗੇ ਨਕਿੰਗ, ਜਗੇ ਨਕਿੰਗ, ਧਨੇ ਨਕਿੰਗ, ਤਪਸਾ, ਚਾਰੋ ਚੀਜ਼ਾਂ ਪ੍ਰਬੰਧ ਨੇ, ਨਾ ਜੋਗ, ਨਾ ਜਗ, ਨਾ ਦਾਨ, ਤੇ ਨਾ ਤਪ, ਤਪੱਸਿਆ। ਹੁਣ ਉਹ ਗ੍ਰੰਥ ਜਿਹੜਾ, ਉਹ ਤਾਂ ਭਲਾ ਲੋਕਾਂ ਨੂੰ ਸਿੱਖਿਆ ਦੇਣੀ ਤਾਂ ਕਿਤੇ ਰਹੀ, ਉਹ ਗ੍ਰੰਥ ਤਾਂ ਗੁਰੂ ਨਾਲ ਇਹ ਚਾਰੋ ਚੀਜ਼ਾਂ ਜੋੜੀ ਬੈਠਾ ਹੈ ਵੀ ਗੁਰੂ ਜੋਗ ਵੀ ਸਾਧਦਾ ਹੈ, ਗੁਰੂ ਦੇ ਘਰ ਵਿੱਚ ਦਾਨ ਵੀ ਹੈ, ਗੁਰੂ ਦੇ ਘਰ ਵਿੱਚ ਯੱਗ ਵੀ ਹੁੰਦੇ ਨੇ, ਗੁਰੂ ਤਪੱਸਿਆ ਵੀ ਕਰਦਾ। ਦੱਸੋ, ਇਹ ਸਾਰਾ ਕੁਝ ਜੇ ਗੁਰੂ ਕਰਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਲਟ ਕਰਦਾ? ਸਵਾਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਨਸੈਪਟ ਗੁਰੂ ਨੂੰ ਪ੍ਰਵਾਨ ਨਹੀਂ? ਚਲੋ, ਉਹ ਗ੍ਰੰਥ ਕਹਿੰਦਾ ਕਿ ਕਰਤੇ ਨੇ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਨਹੀਂ ਲਿਆ, ਕਿਉਂਕਿ ਸਤਿਗੁਰੂ ਗੁਰੂ ਦਸਮ ਪਾਤਸ਼ਾਹ ਜੀ ਦੇ ਨਾਲ ਇਹ ਲਫ਼ਜ਼ ਜੋਗ ਨੇ, ਅਯੋਗ ਨੇ। ਉਹ ਕਹਿੰਦੇ ਲਿਖਾਰੀ ਇਹ ਗੱਲ ਕਹਿੰਦਾ ਕਿ ਮੇਰੇ ਮਾਤਾ ਪਿਤਾ ਨੇ ਬੜੀ ਯੋਗ ਸਾਧਨਾ ਕੀਤੀ, ਉਹਦਾ ਨਤੀਜਾ ਹੀ ਮੇਰਾ ਜਨਮ ਹੋਇਆ। ਤਾਤ ਮਾਤ ਮੋਏ ਮੁਰ ਅਲਖ ਅਰਾਦਾ, ਬਹੁਵਿਧ ਯੋਗ ਸਾਧਨਾ ਸਾਧਾ, ਉਹ ਉਹਦੇ ਲਫ਼ਜ਼ ਨੇ ਗ੍ਰੰਥ ਦੇ। ਮੇਰੇ ਮਾਤਾ ਪਿਤਾ ਨੇ ਯੋਗ ਸਾਧਨਾ ਕੀਤੀ ਹੈ, ਜੈਦੇਵ ਕਹਿੰਦੇ ਨਹੀਂ ਕਰਨੀ, ਫਿਰ ਥਾਂ ਤੇ ਉਸ ਸ਼ਬਦ ਨੂੰ ਮਿਲਣੀ ਚਾਹੀਦੀ ਸੀ। ਇਹਨੂੰ ਕਿਵੇਂ ਮਿਲ ਗਏ? ਕਿਉਂ ਸੋਚਿਓ, ਗੁਰੂ ਤੇਗ ਬਹਾਦਰ ਸਾਹਿਬ ਨੇ, ਮੇਰੇ ਮਾਤਾ ਪਿਤਾ ਨੇ ਯੋਗ ਸਾਧਨਾ ਕੀਤੀ,
ਤੇ ਜੈਦੇਵ ਕਹਿੰਦਾ ਯੋਗ ਸਾਧਨਾ ਦੀ ਗੁਰਮਤ ਵਿੱਚ ਥਾਂ ਕੋਈ। ਹੁਣ ਇਹਨੂੰ ਤੇ ਥਾਂ ਮਿਲ ਰਹੀ ਹੈ, ਇਸ ਸ਼ਬਦ ਨੂੰ ਉਹਨੂੰ ਨਹੀਂ ਮਿਲਦੀ, ਕਿਉਂ ਨਹੀਂ ਮਿਲਦੀ? ਯੱਗ ਵਾਲੇ ਪਾਸੇ ਲੈ ਲਓ, ਉਸੇ ਗ੍ਰੰਥ ਨੂੰ ਪੜ੍ਹ ਲਓ, ਨੈਣਾ ਦੇਵੀ ਦੇ ਪਹਾੜ ਤੇ ਕੀ ਹੋਇਆ। ਗੁਰੂ ਦਸਮ ਪਾਤਸ਼ਾਹ ਜੀ ਦੇ ਨਾਮ ਨਾਲ ਜੋੜ ਦਿੱਤਾ ਗਿਆ ਕਿ ਗੁਰੂ ਦਸਮ ਪਾਤਸ਼ਾਹ ਜੀ ਨੇ ਨੈਣਾ ਦੇਵੀ ਦੇ ਪਹਾੜ ਤੇ ਦੇਵੀ ਨੂੰ ਪ੍ਰਗਟ ਕਰਨ ਵਾਸਤੇ ਬਕਾਇਦਾ ਯੱਗ ਕੇ ਹੋਮ ਹਵਨ ਕੀਤਾ। ਗੁਰੂ ਸਾਹਿਬ ਨਾਲ ਜੁੜੇ ਔਰ ਉਸ ਚੀਜ਼ ਦਾ ਪ੍ਰਚਾਰ ਇੰਨਾ ਵੱਧ ਰਿਹਾ ਹੈ, ਇੰਨਾ ਵੱਧ ਰਿਹਾ ਹੈ ਕਿ ਹੁਣ ਉੱਥੇ ਇਹ ਉਪਵਾਸ ਸਾਡੇ ਲੋਕਾਂ ਦੀ ਜ਼ਬਾਨ ਤੇ ਉਡਾਈ ਜਾ ਰਹੀ ਹੈ ਕਿ ਕਿਸੇ ਨੇ ਅਨੰਦਪੁਰ ਸਾਹਿਬ ਦੇ ਜੇ ਯਾਤਰਾ ਕਰਨੀ ਹੋਵੇ ਤੇ ਉਹਦੀ ਯਾਤਰਾ ਤਾਂ ਸੰਪੂਰਨ ਹੁੰਦੀ ਹੈ ਜੇ ਨੈਣਾ ਦੇਵੀ ਦੇ ਵੀ ਦਰਸ਼ਨ ਕਰਕੇ ਆਵੇ। ਉਸ ਪਹਾੜੀ ਤੇ ਚੜ੍ਹਨਾ ਔਖਾ ਸੀ, ਬਜ਼ੁਰਗ ਨਹੀਂ ਸੀ ਚੜ੍ਹ ਸਕਦਾ, ਔਕੜਾਂ ਆਉਂਦੀਆਂ ਸਨ ਤੇ ਵਕਤ ਦੀ ਸਰਕਾਰ ਜਿਹੜੀ ਉਹਨਾਂ ਦੀ ਪੈਰੋਕਾਰ ਬਣੀ ਹੋਈ, ਇਹਨੇ ਉੱਥੇ ਖੂਬਸੂਰਤ ਰਸਤਾ ਵੀ ਬਣਾ ਦਿੱਤਾ, ਸੜਕ ਵੀ ਬਣਾ ਦਿੱਤੀ, ਹੁਣ ਤੇ ਸੁਣਿਆ ਟਰਾਲੀ ਲਗਾ ਦਿੱਤੀ ਹੈ ਜੇ ਹੋਰ ਬਜ਼ੁਰਗ ਹੋਵੇ ਪਰ ਪੈਦਲ ਨਾ ਤਾਂ ਗੱਡੀ ਵੀ ਨਾ ਚੱਲ ਕੇ ਉਚਾਈ ਸਿੱਧੀ ਹੈ, ਇਸ ਲਈ ਉਹ ਟਰਾਲੀ ਲਗਾ ਦਿੱਤੀ ਆਰਾਮ ਨਾਲ ਉੱਪਰ ਦਰਸ਼ਨ, ਤਾਂ ਕਿ ਉਹਦਾ ਜਿਹੜਾ ਯਾਤਰਾ ਦਾ ਕਰਮ ਹੈ ਸੰਪੂਰਨ ਹੋ ਜਾਏ ਕਿ ਨੈਣਾ ਦੇਵੀ ਦੇ ਦਰਸ਼ਨ ਜ਼ਰੂਰ ਕਰੇ। ਉਹ ਅਸਥਾਨ ਗੁਰੂ ਨਾਲ ਜੋੜਿਆ ਗਿਆ ਕਿ ਉੱਥੇ ਹਵਨ ਕੀਤਾ। ਜੇ ਉਹ ਠੀਕ ਸੀ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨੂੰ ਥਾਂ ਮਿਲਣੀ ਚਾਹੀਦੀ ਸੀ ਜੈਦੇਵ ਨੂੰ, ਕਿਵੇਂ ਮਿਲ ਗਈ ਜਿਹੜਾ ਕਹਿੰਦਾ ਜਗੇ ਨੇ ਕਿਵੇਂ ਸਾਡੇ ਸਾਹਮਣੇ। ਇਹ ਚਾਰੋਂ ਚੀਜ਼ਾਂ ਮੈਂ ਹੈਰਾਨ ਹਾਂ, ਜੋਗੇਨ ਵੀ ਕਿੰਗ ਆਖਤਾ ਕੀ ਹੈ, ਜਗੇਨ ਕਿੰਗ ਵੀ ਆਖ ਦਿੱਤਾ ਜੰਗ ਕੀ ਨੇ, ਤੇ ਉਹ ਗ੍ਰੰਥ ਜਿਹੜਾ ਸਾਨੂੰ ਇਹ ਚਾਰੋਂ ਚੀਜ਼ਾਂ ਦੇ ਰਿਹਾ। ਉਹ ਕਹਿੰਦਾ ਨਹੀਂ, ਗੁਰੂ ਨੇ ਸਾਡੇ ਮਾਤਾ ਪਿਤਾ ਨੇ ਯੋਗ ਕੀਤਾ, ਮੈਂ ਯੱਗ ਹਵਨ ਕੀਤੇ, ਤੇ ਫਿਰ ਇੱਥੇ ਨਹੀਂ ਉਹ ਕਹਿੰਦਾ ਬਕਾਇਦਾ ਦਾਨ ਵੀ ਬ੍ਰਾਹਮਣ ਨੂੰ ਜਾ ਕੇ ਕੀਤਾ ਮੇਰੇ ਮਾਤਾ ਪਿਤਾ ਨੇ, ਤਾਂ ਹੀ ਮੇਰਾ ਜਨਮ ਹੋਇਆ। ਮੁਰਪਿਤ ਪੂਰਬ ਤੀਰਥ ਪਿਆਨ ਭਾਂਤ ਭਾਂਤ ਕੇ ਤੀਰਥ ਨਾਨ, ਜਬ ਹੀ ਜਾਤ ਤ੍ਰਿਵੈਣੀ ਭੈ, ਪੁੰਨ ਦਾਨ ਦਿਨ ਕਰਤ ਬਿਤਾਏ, ਤਾਂ ਹੀ ਪ੍ਰਕਾਸ਼ ਹਮਾਰਾ ਭੈ। ਉਹ ਗ੍ਰੰਥ ਸਾਨੂੰ ਕਿਸ ਕਰ ਰਿਹਾ, ਫੈਸਲਾ ਮੇਰਾ ਨਹੀਂ ਕੀ ਐਸੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਫਿਰ ਭਾਈ ਜੈਦੇਵ ਦਾ ਜੈਦੇਵ ਦਾ ਸ਼ਬਦ ਇੱਕ ਪਾਸੇ ਰੱਖ ਦਿਓ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨੂੰ ਪ੍ਰਵਾਨ ਤਾਂ ਹੀ ਵਿੱਚ ਰੱਖਿਆ ਗਿਆ, ਤੇ ਜੇ ਆਖੀਏ ਖੌਰੇ ਬਾਅਦ ਵਿੱਚ ਕਿਸੇ ਨੇ ਪਾਇਆ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਬਰਾਬਰ ਹੈ, 500 ਵਰਾ ਪਹਿਲਾਂ ਦੀ ਗੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਜੇ ਸੰਪਾਦਨਾ ਵੀ ਗੁਰੂ ਅਰਜਨ ਸਾਹਿਬ ਦੇ ਵੇਲੇ ਹੋਈ ਹੈ, ਪਰ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਉਸੇ ਥਾਂ ਤੇ ਹੈ, ਬਿਲਕੁਲ ਇੰਨ ਬਿੰਨ ਹੈ, ਗੁਜਰੀ ਰਾਗ ਵਿੱਚ ਹੈ, ਘਰ ਚੌਥੇ ਵਿੱਚ ਹੈ, ਪੜ੍ਹ ਸਕਦੇ। ਉਹਨੂੰ ਥਾਂ ਮਿਲ ਰਹੀ ਹੈ, ਇਹਨੂੰ ਥਾਂ ਕਿਉਂ ਨਹੀਂ ਦਿੱਤੀ ਗਈ, ਇਹਦਾ ਫੈਸਲਾ ਜਵਾਬ ਹੈ, ਸੰਤੁਸ਼ਟੀ ਨਾਲ ਜਵਾਬ ਦਿੱਤਾ ਹੋਇਆ, ਇਸ ਲਈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਮਤਿ ਸਿਰਾ ਸਿਧਾਂਤ ਦੀ ਵਿਰੋਧਤਾ ਹੈ, ਤੇ ਨਿਰੀ ਵਿਰੋਧਤਾ ਕੇਵਲ ਕਿਸੇ ਨੂੰ ਆਗਿਆ ਦੇਣ ਲਈ, ਕਿਸੇ ਨੂੰ ਕਿਰਾਏ ਪਾਉਣ ਲਈ ਨਹੀਂ, ਬਲਕਿ ਉਹ ਜਿਹੜੀ ਦੁਬਦਾ ਹੈ ਉਹ ਗੁਰੂ ਨਾਲ ਜੁੜਦੀ ਹੈ। ਪੁੰਨ ਦਾਨ ਦਿਨ ਕਰਤ ਬਿਤਾਏ, ਤਈ ਪ੍ਰਕਾਸ਼ ਹਮਾਰਾ ਭਇਓ। ਪਟਨਾ ਸ਼ਹਿਰ ਵਿਖੇ ਭਰਦਾ, ਤਿੰਨ ਚੀਜ਼ਾਂ ਹੋ ਗਈਆਂ, ਗੁਰੂ ਨੂੰ ਦਾਨ ਵੀ ਪ੍ਰਵਾਨ ਨਹੀਂ, ਉਹਦੇ 'ਚ ਹੈ ਦਾਨ ਗੁਰੂ ਨੇ ਕੀਤਾ, ਗੁਰੂ ਨੂੰ ਯੋਗ ਪ੍ਰਵਾਨ ਨਹੀਂ, ਉਹਦੇ ਵਿੱਚ ਇਹ ਸਾਬਤ ਕਰਤਾ ਗੁਰੂ ਯੋਗੀ, ਮਾਤਾ ਪਿਤਾ ਨੇ ਯੋਗ ਸਾਧਨਾ ਕੀਤੀ, ਬਹੁਤ ਯੋਗ ਸਾਧਨਾ ਸਾਧਾ। ਇੱਥੇ ਕਿਹਾ ਜਾ ਰਿਹਾ ਕਿ ਯੱਗ ਪ੍ਰਵਾਨ ਨਹੀਂ, ਉੱਥੇ ਵੀ ਹੈ ਕਿ ਗੁਰੂ ਨੇ ਹਵਨ ਕੀਤੇ ਜਾਂ ਕੀਤੇ। ਹੁਣ ਰਹਿ ਗਈ ਇੱਕ ਗੱਲ ਬਾਕੀ, ਚਾਰੇ ਚੀਜ਼ਾਂ ਦੇ ਜੋਬ ਸੀ, ਉਹ ਚੌਥੀ ਸੀ ਤਪੱਸਿਆ। ਦਨੇਨ ਕਿੰਗ, ਜੋਗੇਨ ਕਿੰਗ, ਜਗੇਨ ਕਿੰਗ, ਦਨੇਨ ਕਿੰਗ, ਤਪਸਾ। ਤਪ ਵੀ ਪ੍ਰਵਾਨ ਨੂੰ ਜੈਦੇਵ ਆਖ ਰਿਹਾ ਔਰ ਬ੍ਰਾਹਮਣ ਆਖ ਰਿਹਾ, ਇਹ ਨਹੀਂ ਕੋਈ ਹੋਰ ਆਖ ਰਿਹਾ, ਜੈਦੇਵ ਬ੍ਰਾਹਮਣ ਆਖ ਰਿਹਾ। ਕੀ ਹੈ ਤਪੱਸਿਆ? ਤਪਸਾ ਦੇ ਕੁਝ ਨਹੀਂ,
ਪਰ ਉਹ ਗ੍ਰੰਥ ਕਹਿ ਰਿਹਾ ਜਿਹਨੂੰ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਕਹਿੰਦੇ ਹੋ ਤਪ ਸਾਧਨ ਹੈ ਕੁਝ ਨਹੀਂ, ਉਹਨੂੰ ਗੱਦੀ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਆਪ ਬੈਠਾ ਹੇਮਕੁੰਟ ਤੇ ਤਪ ਕਰ ਰਿਹਾ, ਕੀ ਆਖੋ? ਗ੍ਰੰਥ ਕਹਿ ਰਿਹਾ ਕੇਵਲ ਉਸ ਚਾਰ ਲਾਈਨਾਂ ਦੇ ਚਾਰ ਫੈਸਲੇ ਨੂੰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਤੈ ਹਮ ਅਧਿਕ ਤਪੱਸਿਆ ਸਾਧੀ ਮਹਾਤਾਲ ਕਾਲ ਕਾ ਅਰਾਧੀ। ਉਹ ਕਹਿੰਦਾ ਤੁਸੀਂ ਕਹਿੰਦੇ ਹੋ ਕਿ ਜੈਦੇਵ ਕਹਿੰਦਾ ਹੈ ਜੋਗੇਨ ਕਿੰਗ ਦਨੇਨ ਕਿੰਗ ਤਪਸਾ, ਤੇ ਤੁਹਾਡਾ ਗੁਰੂ ਤੇ ਆਪ ਹੇਮਕੁੰਟ ਤੇ ਬੈਠਾ ਕਹਿੰਦਾ ਮੈਂ ਬੜੀ ਦੇਰ ਬੜਾ ਬੜਾ ਸਮਾਂ ਹਜ਼ਾਰਾਂ ਵਰੇ ਬੈਠ ਕੇ ਉੱਥੇ ਜੇ ਦੇ ਮੁਤਾਬਕ ਹਜ਼ਾਰਾਂ ਵਰੇ ਬੈਠ ਕੇ ਤਪ ਕੀਤਾ। ਫਿਰ ਜੇ ਤਪ ਗੁਰੂ ਨੂੰ ਪ੍ਰਵਾਨ ਹੁੰਦਾ ਤਾਂ ਉਹ ਸ਼ਬਦ ਇੱਥੇ ਰੱਖੇ ਜਾਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂ ਨਹੀਂ ਥਾਂ ਮਿਲੀ? ਇਸ ਗੱਲ ਦਾ ਜਵਾਬ ਹੈ ਕਿਉਂਕਿ ਜੇ ਉਹ ਚੀਜ਼ਾਂ ਗੁਰੂ ਨੂੰ ਪ੍ਰਵਾਨ ਹੁੰਦੀਆਂ ਇਹਦੇ ਵਿੱਚ ਜ਼ਰੂਰ ਰੱਖਦੇ, ਤੇ ਜਿਹੜੀਆਂ ਚੀਜ਼ਾਂ ਪ੍ਰਵਾਨ ਸਨ ਉਹ ਰੱਖ ਲਈਏ। ਪ੍ਰਵਾਨ ਸਨ ਜੈਦੇਵ ਦੇ ਫੈਸਲੇ ਜਿਹਦੇ ਨਾਲ ਗੁਰੂ ਨਾਨਕ ਆਪ ਬੈਠਾ ਹੈ ਕਿ ਜੈਦੇਵ ਦਾ ਫੈਸਲਾ ਇਹ ਗੱਲ ਕਹਿ ਰਿਹਾ ਸੀ। ਮਨੋ
ਅਖੀਰ ਤੇ ਆ ਕੇ ਆਖਦਾ ਹੈ, ਮੈਂ ਇਸੇ ਲਈ ਦੁਨੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ, ਦੁਨੀਆਂ ਦੇ ਲੋਕੋ ਗੋਬਿੰਦ ਗੋਬਿੰਦੇਤ ਜਪ ਨਰ ਸਕਲਪ ਸਿੱਧ ਪਦਮ, ਸਾਰਾ ਕੁਝ ਜੀਵਨ ਦਾ ਸਫਲ ਹੋ ਜਾਏਗਾ, ਪਹੁੰਚ ਅੰਦਰ ਆ ਜਾਏਗਾ, ਜੇ ਕੇਵਲ ਤੇ ਕੇਵਲ ਗੋਬਿੰਦੇਤ ਪ੍ਰਭੂ ਨੂੰ ਸਿਮਰਨ ਕਰੋਗੇ। ਦੇਖ ਲਓ ਜੈਦੇਵ ਕਹਿੰਦਾ, ਜੈਦੇਵ ਆਇਓ ਤਾਂ ਸਪੋਟਿੰਗ, ਮੈਂ ਵੀ ਉਹਦੀ ਸ਼ਰਨ ਆਇਆ, ਮੈਂ ਉਹਦੀ ਚਰਨ ਸ਼ਰਨ ਵਿੱਚ ਬੈਠਾ, ਉਹ ਸਰਵ ਸ਼ਕਤੀਮਾਨ ਹੈ, ਮੈਂ ਉਹਦਾ ਦਰ ਛੱਡ ਕੇ ਕਿਸੇ ਦੇਵੀ ਦੇਵਤੇ ਦੇ ਦਰ 'ਤੇ ਨਹੀਂ ਜਾਣਾ ਚਾਹੁੰਦਾ। ਜੈਦੇਵ ਇੱਕੋ ਦਾ ਹੈ ਅਤੇ ਇੱਕੋ ਦਾ ਰਹਿਣਾ ਚਾਹੁੰਦਾ, ਫੈਸਲਾ ਹੈ ਜੈਦੇਵ ਬ੍ਰਾਹਮਣ ਦਾ। ਅਤੇ ਉਹਦੇ ਉਸੇ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਸਨਮਾਨ ਨਾਲ ਥਾਂ ਮਿਲੀ ਹੈ, ਗੁਰੂ ਨਾਨਕ ਨੇ ਆਪਣੇ ਸ਼ਬਦ ਨਾਲ ਰੱਖ ਕੇ ਕੋਲ ਬਿਠਾ ਲਿਆ ਹੈ। ਇਹ ਚੀਜ਼ਾਂ ਸਪਸ਼ਟ ਕਰਦੀਆਂ ਨੇ ਕਿ ਗੁਰਮਤਿ ਦੇ ਕੰਸੈਪਟ ਸਿਧਾਂਤ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹੋ ਹੀ ਚੀਜ਼ ਟਿਕ ਸਕਦੀ ਹੈ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਸ ਵਿਚਾਰਧਾਰਾ ਨਾਲ ਸੰਬੰਧਿਤ ਹੋਵੇ। ਜਿਹੜੀ ਵਿਚਾਰਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਰੋਧੀ ਵਿਚਾਰਧਾਰਾ ਹੋਵੇ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਮਿਲੀ ਹੀ ਨਹੀਂ, ਔਰ ਇਸੇ ਲਈ ਨਹੀਂ ਮਿਲੀ। ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ, ਇਸੇ ਲਈ ਨਹੀਂ ਮਿਲੀ। ਸਵਾਲ ਕਈ ਵਾਰੀ ਖੜਾ ਹੁੰਦਾ ਹੈ ਵੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਚੜਾ ਸਕਦੇ ਨੇ ਤੇ ਆਪਣੀ ਕੋਈ ਰਚਨਾ ਨਹੀਂ ਸਨ ਚੜਾ ਸਕਦੇ? ਜੇ ਹੁੰਦੀ ਜਿਹੜਾ ਕੰਸੈਪਟ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਉਹਦੇ ਵਿਰੋਧ ਵਿੱਚ ਕੋਈ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਰੱਖੀ ਜਾ ਸਕਦੀ। ਗੁਰੂ ਦਾ ਸ਼ਬਦ, ਗੁਰੂ ਨੇ ਬਾਣੀ ਵਿੱਚ ਆਖਿਆ, ਗੁਰ ਕਾ ਸ਼ਬਦ ਗੁਰ ਥੈ ਟਿਕੇ ਹੋਰ ਥੈ ਪ੍ਰਗਟ ਨਾ ਹੋਏ। ਗੁਰੂ ਦਾ ਸ਼ਬਦ ਹੀ ਕੇਵਲ ਗੁਰੂ ਦੇ ਅਸਥਾਨ 'ਤੇ ਟਿਕ ਸਕਦਾ, ਹੋਰ ਕੋਈ ਸ਼ਬਦ ਨਹੀਂ ਟਿਕ ਸਕਦਾ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੇਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।